ਗੰਭੀਰ ਬਿਮਾਰੀਆਂ ਦੌਰਾਨ ਕਾਮ ਅਤੇ ਕਾਮੁਕਤਾ। We're talking to you today about ਅੱਜ ਅਸੀਂ ਤੁਹਾਡੇ ਨਾਲ ਕਾਮ ਅਤੇ ਕਾਮ ਵਾਸ਼ਨਾਵਾਂ ਬਾਰੇ ਗੱਲ ਕਰਾਂਗੇ। ਅਸੀਂ ਗੰਭੀਰ ਬਿਮਾਰੀ ਅਤੇ ਕੈਂਸਰ ਸ਼ਬਦ ਨੂੰ ਇੱਕ ਦੂਜੇ ਨਾਲ ਬਦਲ ਕੇ ਵਰਤਾਂਗੇ। ਜਿਵੇਂ ਕੋਈ ਬਿਮਾਰੀ ਗੰਭੀਰ ਹੁੰਦੀ ਹੈ, ਇਹ ਤੁਹਾਡੇ ਮਨ ਅਤੇ ਸਰੀਰ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ। ਇਹ ਤਬਦੀਲੀਆਂ ਅਚਾਨਕ ਅਤੇ ਤੇਜ਼ੀ ਨਾਲ ਵਾਪਰਦੀਆਂ ਹਨ ਜਾਂ ਇਹ ਵਧੇਰੇ ਹੌਲੀ ਹੋ ਸਕਦੀਆਂ ਹਨ ਅਤੇ ਤੁਹਾਡੇ ਸਰੀਰ ਦੇ ਕੰਮ ਕਾਜ ਵਿੱਚ ਅਤੇ ਤੁਹਾਡੇ ਸਰੀਰ ਕਿਵੇਂ ਮਹਿਸੂਸ ਕਰਦਾ ਹੈ ਉਹਨੂੰ ਹੌਲੀ ਪ੍ਰਭਾਵਿਤ ਕਰ ਸਕਦੀਆਂ ਹਨ। ਪਰੰਤੂ ਤਬਦੀਲੀਆਂ ਵਾਪਰਨਗੀਆਂ, ਇਹ ਇੱਕ ਚੀਜ਼ ਹੈ ਜਿਸ ਨਾਲ ਤੁਹਾਨੂੰ ਅਤੇ ਤੁਹਾਡੇ ਪਿਆਰੇ ਨੂੰ ਢਲਣਾ ਹੋਵੇਗਾ ਜਦੋਂ ਤੁਸੀਂ ਕੈਂਸਰ ਨਾਲ ਜੂਝ ਰਹੇ ਹੁੰਦੇ ਹੋ। ਜਿਵੇਂ ਇਸ ਵੀਡੀਓ ਨੂੰ ਵੇਖਦੇ ਹੋ, ਧਿਆਨ ਵਿੱਚ ਰੱਖੋ ਅਤੇ ਸੁਣੋ ਅਤੇ ਉਹ ਜਾਣਕਾਰੀ ਉੱਤੇ ਵਿਚਾਰ ਕਰੋ ਜੋ ਤੁਹਾਡੇ ਅਨੁਭਵ ਨਾਲ ਮਿਲਦੀ ਹੈ। ਸਾਡੀ ਕਾਮੁਕਤਾ ਅਤੇ ਅਸੀਂ ਖੁਦ ਨੂੰ ਇੱਕ ਕਾਮੁਕ ਜੀਵ ਵਾਂਗੂ ਕਿਵੇਂ ਪਰਿਭਾਸ਼ਿਤ ਕਰਦੇ ਹਾਂ, ਇਹ ਇਸ ਚੀਜ਼ ਦਾ ਇੱਕ ਮਹੱਤਵਪੂਰਨ ਅੰਗ ਹੈ ਕਿ ਅਸੀਂ ਕੌਣ ਹਾਂ। ਬੇਸ਼ੱਕ ਸਾਡੇ ਵਿੱਚ ਕੈਂਸਰ ਹੋਣ ਦੀ ਸ਼ਨਾਖਤ ਕੀਤੀ ਜਾਂਦੀ ਹੈ ਅਤੇ ਸਾਡੀ ਬਿਮਾਰੀ ਗੰਭੀਰ ਹੁੰਦੀ ਜਾਂਦੀ ਹੈ। ਕਾਮ ਅਤੇ ਕਾਮ ਕਾਰਜ ਅਤੇ ਕਾਮੁਕਤਾ ਸਾਡੇ ਰਿਸ਼ਤੇ ਅਤੇ ਅਸੀਂ ਕੌਣ ਹਾਂ ਇਸ ਦਾ ਹਿੱਸਾ ਹਨ। ਸੋ ਇਸ ਬਾਰੇ ਗੱਲ ਕਰਨੀ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਕਾਮ ਬਾਰੇ ਲੋੜ, ਨੇੜਤਾ ਅਤੇ ਨਿੱਜੀ ਸੰਪਰਕ ਨੂੰ ਕਿਵੇਂ ਸਿੱਝਦੇ ਹੋ। ਇਹ ਵੀਡੀਓ ਦੱਸੇਗੀ ਕਿ ਤੁਸੀਂ ਅਤੇ ਤੁਹਾਡਾ ਪਿਆਰਾ ਸਾਥੀ ਕਿਵੇਂ ਸੰਬੰਧ ਦੀ ਭਾਵਨਾ ਨੂੰ ਬਣਾਏ ਰੱਖਦੇ ਹੋ ਜਦੋਂ ਤੁਹਾਡੀ ਬਿਮਾਰੀ ਜਾਂ ਕੈਂਸਰ ਗੰਭੀਰ ਹੁੰਦਾ ਹੈ। ਗੰਭੀਰ ਬਿਮਾਰੀ ਵਾਲੇ ਲੋਕਾਂ ਲਈ ਇਹ ਆਮ ਚਿੰਤਾਵਾਂ ਹੁੰਦੀਆਂ ਹਨ, ਪਰੰਤੂ ਇਹਨਾਂ ਬਾਰੇ ਆਮ ਵਿਚਾਰ ਚਰਚਾਵਾਂ ਨਹੀਂ ਕੀਤੀਆਂ ਜਾਂਦੀਆਂ। ਸੋ ਇਹਨਾਂ ਬਾਰੇ ਗੱਲ ਕਰਨਾ ਔਖਾ ਹੋ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਕੁਝ ਚੀਜ਼ਾਂ ਹਨ ਜੋ ਬਦਲਾਵ ਦਾ ਪ੍ਰਬੰਧ ਕਰਨ ਲਈ ਕਰ ਸਕਦੇ ਹਾਂ ਜੋ ਗੰਭੀਰ ਬਿਮਾਰੀ ਜਾਂ ਕੈਂਸਰ ਨਾਲ ਲੈ ਕੇ ਆਉਂਦੇ ਹਨ। ਅਸੀਂ ਕੁਝ ਚੁਣੌਤੀਆਂ ਬਾਰੇ ਗੱਲ ਕਰਨ ਜਾ ਰਹੇ ਹਾਂ ਅਤੇ ਫਿਰ ਗੱਲ ਕਰਾਂਗੇ ਕਿ ਤੁਸੀਂ ਇਹਨਾਂ ਬਾਰੇ ਕੀ ਕਰ ਸਕਦੇ ਹੋ। ਆਓ ਚੁਣੌਤੀਆਂ ਬਾਰੇ ਗੱਲ ਕਰੀਏ। ਪਹਿਲਾ, ਇਹ ਸੰਭਾਲ ਪ੍ਰਦਾਨ ਕਰਤਾ ਦੇ ਮੁਲਿਆਂਕਣ ਦਾ ਹਿੱਸਾ ਨਹੀਂ ਹੈ। ਤੁਹਾਡੇ ਭਾਰ, ਖਾਣ ਅਤੇ ਨਿਕਾਸ, ਤਾਪਮਾਨ, ਦਵਾਈਆਂ, ਦਰਦ, ਹੋਰ ਕਿੰਨੀਆਂ ਹੀ ਚੀਜ਼ਾਂ ਬਾਰੇ ਤੁਹਾਨੂੰ ਹਰ ਵਾਰੀ ਪੁੱਛਿਆ ਜਾਂਦਾ ਹੈ ਜਦੋਂ ਤੁਸੀਂ ਆਪਣੇ ਸੰਭਾਲ ਪ੍ਰਦਾਨ ਕਰਤਾ ਨਾਲ ਗੱਲ ਕਰਦੇ ਹੋ। ਤੁਹਾਨੂੰ ਅਕਸਰ ਨਹੀਂ ਪੁੱਛਿਆ ਜਾਂਦਾ ਕਿ ਤੁਹਾਡੇ ਰਿਸ਼ਤੇ ਵਿੱਚ ਕੀ ਤਬਦੀਲੀ ਆਈ ਹੈ ਜਾਂ ਤੁਹਾਡੇ ਕੈਂਸਰ ਜਾਂ ਬਿਮਾਰੀ ਕਾਰਨ ਤੁਹਾਡੇ ਕਾਮੁਕ ਕੰਮ ਕਿਵੇਂ ਪ੍ਰਭਾਵਿਤ ਹੋਏ ਹਨ। ਜਦੋਂ ਸਾਨੂੰ ਹੋਰ ਨਿੱਜੀ ਚੀਜ਼ਾਂ ਬਾਰੇ ਪੁੱਛਿਆ ਜਾਂਦਾ ਹੈ ਅਤੇ ਨੇੜਤਾ ਬਾਰੇ ਨਹੀਂ, ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮਹੱਤਵਪੂਰਨ ਹੀ ਨਹੀਂ ਹੋਵੇਗਾ ਜਾਂ ਸਾਨੂੰ ਇਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡਾ ਸੰਭਾਲ ਪ੍ਰਦਾਨ ਕਰਤਾ ਗੱਲ ਨਹੀਂ ਕਰਦਾ। ਇਲਾਜ ਨੇ ਤੁਹਾਡੇ ਸਰੀਰ ਅਤੇ ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਨੂੰ ਬਦਲਿਆ ਹੈ। ਬੇਸ਼ੱਕ ਤੁਹਾਡੀ ਸਰਜਰੀ, ਰੇਡੀਏਸ਼ਨ, ਕੀਮੋ ਜਾਂ ਹਾਰਮੋਨ ਥੈਰੇਪੀ ਹੋਈ ਹੈ ਜਾਂ ਤੁਹਾਡੀ ਬਿਮਾਰੀ ਦਾ ਵਧਣਾ ਜਾਰੀ ਹੈ, ਇਹ ਸਾਰਾ ਕੁਝ ਤੁਹਾਡੇ ਮਨ, ਤੁਹਾਡੇ ਸਰੀਰ ਅਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉੱਤੇ ਅਸਰ ਪਾਉਂਦਾ ਹੈ। ਤੁਹਾਡੇ ਸਰੀਰ ਉੱਤੇ ਦਾਗ ਪੈ ਸਕਦੇ ਹਨ, ਵਜ਼ਨ ਘੱਟ ਜਾਂ ਵੱਧ ਹੋ ਸਕਦਾ ਹੈ ਜਾਂ ਤੁਸੀਂ ਖੁਦ ਵਰਗੇ ਨਹੀਂ ਦਿਸਦੇ। ਉਹ ਲੋਕ ਜਿਨ੍ਹਾਂ ਨੂੰ ਕੈਂਸਰ ਹੁੰਦਾ ਹੈ ਇੰਝ ਮਹਿਸੂਸ ਕਰਦੇ ਹਨ ਕਿ ਉਹ ਹੁਣ ਦੁਬਾਰਾ ਪਹਿਲੇ ਵਾਂਗੂ ਕਦੀ ਮਹਿਸੂਸ ਨਹੀਂ ਕਰਨਗੇ। ਤੁਹਾਡੇ ਕੰਮ ਅੰਗ ਹੁਣ ਪਹਿਲੇ ਵਾਂਗ ਕੰਮ ਨਹੀਂ ਕਰਦੇ ਅਤੇ ਸੰਭੋਗ ਕਰਨ ਨਾਲ ਦਰਦ ਹੋ ਸਕਦਾ ਹੈ। ਦਵਾਈਆਂ ਤੁਹਾਡੇ ਸਰੀਰ ਵਿੱਚ ਤਬਦੀਲੀਆਂ ਅਤੇ ਇਲਾਜ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਸਨੂੰ ਬਦਲ ਦਿੰਦੀਆਂ ਹਨ। ਤੁਹਾਡੀਆਂ ਛਾਤੀਆਂ ਵਿੱਚ ਬਦਲਾਵ ਆ ਸਕਦਾ ਹੈ। ਗੰਭੀਰ ਬਿਮਾਰੀ ਅਤੇ ਕੈਂਸਰ ਤੁਹਾਡੀ ਮਹਿਸੂਸ ਕਰਨ ਦੀ ਸ਼ਕਤੀ, ਨਿਭਾਉਣ ਦੀ ਸ਼ਕਤੀ ਅਤੇ ਫੰਕਸ਼ਨ ਕਰਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਮਰਦਾਂ ਲਈ ਲਿੰਗ ਦੇ ਖੜ੍ਹੇ ਹੋਣ ਵਿੱਚ ਮੁਸ਼ਕਿਲ ਹੋ ਸਕਦੀ ਹੈ ਜਿਸ ਕਾਰਨ ਸਾਥੀ ਨਾਲ ਜੱਫੀ ਪਾਉਣਾ, ਚੁੰਮਣਾ ਜਾਂ ਸਲਾਣਾ ਘੱਟ ਹੋ ਸਕਦਾ ਹੈ। ਉਹ ਉਸ ਚੀਜ਼ ਨੂੰ ਸ਼ੁਰੂ ਹੀ ਨਹੀਂ ਕਰਨਾ ਚਾਹੁੰਦੇ ਜੋ ਉਹ ਪੂਰੀ ਨਾ ਕਰ ਸਕਣ। ਸਰਜਰੀ ਅਤੇ ਰੇਡੀਏਸ਼ਨ ਨਾਲ ਯੋਨੀ ਵਿੱਚ ਤਬਦੀਲੀਆਂ ਹੁੰਦੀਆਂ ਹਨ ਜਿਸ ਨਾਲ ਲਿੰਗ ਦਾ ਅੰਦਰ ਦਾਖਲ ਹੋਣਾ ਮੁਸ਼ਕਿਲ ਜਾਂ ਦਰਦ ਭਰਿਆ ਹੋ ਸਕਦਾ ਹੈ। ਤੁਹਾਨੂੰ ਪੱਕਾ ਪਤਾ ਨਹੀਂ ਕਿ ਤੁਹਾਡਾ ਸਾਥੀ ਕਿਵੇਂ ਮਹਿਸੂਸ ਕਰਦਾ ਹੈ ਅਤੇ ਕਿ ਉਹ ਵੀ ਨੇੜਤਾ ਦੀ ਘਾਟ ਮਹਿਸੂਸ ਕਰ ਰਹੇ ਹਨ। ਗੰਭੀਰ ਬਿਮਾਰੀ ਅਤੇ ਕੈਂਸਰ ਤੋਂ ਲੈ ਕੇ ਕਿੰਨੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਇਕੱਲਿਆਂ ਜਾਂ ਇਕੱਠੇ ਇੱਕ ਜੋੜੇ ਵਜੋਂ ਢਲਣਾ ਪੈਂਦਾ ਹੈ। ਕਈ ਸਾਥੀ ਇਸ ਲਈ ਦੂਰੀ ਪੈਦਾ ਕਰ ਲੈਂਦੇ ਹਨ ਕਿਉਂਕਿ ਉਹ ਕੋਈ ਦਬਾਅ ਨਹੀਂ ਪਾਉਣਾ ਚਾਹੁੰਦੇ ਜਾਂ ਆਪਣੀ ਨੇੜਤਾ ਅਤੇ ਜਾਂ ਕਾਮ ਦੇ ਵਹਾਅ ਬਾਰੇ ਗੱਲ ਕਰਕੇ ਤੁਹਾਨੂੰ ਅਸੰਵੇਦਨਸ਼ੀਲ ਮਹਿਸੂਸ ਨਹੀਂ ਜਪਾਉਣਾ ਚਾਹੁੰਦੇ। ਜੋ ਵਿਅਕਤੀ ਆਪਣੇ ਸਰੀਰ ਵਿੱਚ ਤਬਦੀਲੀਆਂ ਮਹਿਸੂਸ ਕਰ ਰਿਹਾ ਹੈ ਇਸ ਗੱਲ ਨਾਲ ਜੂਝ ਸਕਦਾ ਹੈ ਕਿ ਉਹਨੂੰ ਹਾਲੇ ਵੀ ਚਾਹਿਆ ਜਾ ਰਿਹਾ ਹੈ ਅਤੇ ਦੂਰੀ ਨੂੰ ਇਸ ਗੱਲ ਦੀ ਪੁਸ਼ਟੀ ਵਜੋਂ ਲੈ ਸਕਦਾ ਹੈ ਕਿ ਉਹ ਹੁਣ ਆਪਣੇ ਸਾਥੀ ਲਈ ਆਕਰਸ਼ਕ ਨਹੀਂ ਹੈ। ਨੀਚਤਾ ਦੀ ਘਾਟ ਆਮ ਕਰਕੇ ਗੰਭੀਰ ਸੰਭਾਲ ਪ੍ਰਦਾਨ ਕਰਨ ਵਾਲੇ ਹਸਪਤਾਲਾਂ, ਜੀਵਨ ਦੇ ਅੰਤ ਸਮੇਂ ਸੰਭਾਲ ਕਰਨ ਵਾਲੇ ਯੂਨਿਟ ਅਤੇ ਹਾਸਪਿਸ ਨੂੰ ਨੇੜਤਾ ਅਤੇ ਕਾਮੁਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਬਣਾਇਆ ਗਿਆ ਹੁੰਦਾ।
ਜ਼ਿਆਦਾਤਰ ਲੋਕ ਉਸ ਗੱਲ ਨੂੰ ਬੈੱਡਰੂਮ ਤੱਕ ਹੀ ਸੀਮਿਤ ਰੱਖਦੇ ਹਨ ਜੋ ਬੈੱਡਰੂਮ ਵਿੱਚ ਕੀਤੀ ਜਾਂਦੀ ਹੈ। ਹੁਣ ਹੋ ਸਕਦਾ ਹੈ ਕਿ ਤੁਸੀਂ ਸਾਰਾ ਵਕਤ ਉਸ ਬੈੱਡਰੂਮ ਵਿੱਚ ਬਿਤਾ ਰਹੇ ਹੋ ਜਿਸ ਦਾ ਦਰਵਾਜ਼ਾ ਲੋਕਾਂ ਦੇ ਆਉਣ ਜਾਣ ਨਾਲ ਖੁੱਲ੍ਹਦਾ ਬੰਦ ਹੁੰਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਸੰਭਾਲ ਪ੍ਰਦਾਨ ਕਰਨ ਦੀ ਰੂਟੀਨ ਹੋਵੇ, ਕਾਲ ਬੈਲ ਵੱਜਦੀਆਂ ਹੋਵਣ, ਸਟਾਫ ਅਤੇ ਮਹਿਮਾਨਾਂ ਦਾ ਨਿਯਮਿਤ ਅਤੇ ਅਨਿਯਮਿਤ ਸਮੇਂ ਆਉਣਾ ਹੁੰਦਾ ਹੋਵੇ। ਜੇ ਤੁਸੀਂ ਘਰ ਵਿੱਚ ਹੋ ਸਕਦਾ ਹੈ ਕਿ ਇੱਕ ਦਿਨ ਵਿੱਚ ਕਈ ਸੰਭਾਲ ਪ੍ਰਦਾਨ ਕਰਨ ਵਾਲੇ ਆਉਂਦੇ ਹੋਣ ਅਤੇ ਤੁਹਾਡੀ ਰੂਟੀਨ ਨਿੱਜੀ ਸੰਭਾਲ, ਦਵਾਈਆਂ ਅਤੇ ਖਾਣ ਉੱਤੇ ਹੀ ਕੇਂਦਰਿਤ ਹੋ ਚੁੱਕੀ ਹੋਵੇ। ਜਦੋਂ ਤੁਹਾਡੇ ਪਿਆਰੇ ਬਾਰੇ ਕਾਮੁਕ ਤਰੀਕੇ ਸੋਚਣਾ ਔਖਾ ਹੁੰਦਾ ਹੈ, ਇੱਕ ਸਾਥੀ ਵਜੋਂ ਤੁਸੀਂ ਕਈ ਕਿਸਮ ਦੀ ਸੰਭਾਲ ਪ੍ਰਦਾਨ ਕਰਨ ਵਾਲੇ ਕੰਮ ਕਰਦੇ ਹੋ ਅਤੇ ਤੁਹਾਡੇ ਪਿਆਰੇ ਬਾਰੇ ਕਾਮੁਕਤਾ ਭਰੇ ਤਰੀਕੇ ਨਾਲ ਸੋਚਣਾ ਔਖਾ ਹੁੰਦਾ ਹੈ, ਕਈ ਸ਼ਰਮਸਾਰ ਕਰਨ ਵਾਲੀਆਂ ਅਤੇ ਹੋਰ ਸਮਾਈਆਂ ਸਾਡੇ ਗੌਰਵ ਵਾਸਤੇ ਕਰਨੀਆਂ ਔਖੀਆਂ ਹੁੰਦੀਆਂ ਹਨ ਜੋ ਵਿਅਕਤੀ ਦੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਪਖਾਣਾ ਜਾਂ ਪਿਸ਼ਾਬ ਕਰਨ ਦੀ ਪ੍ਰਕਿਰਿਆ ਇਹ ਸੋਚਣਾ ਵੀ ਔਖਾ ਕਰ ਸਕਦੀ ਹੈ ਕਿ ਇਹ ਅੰਗ ਆਨੰਦ ਅਤੇ ਨੇੜਤਾ ਦਾ ਵੀ ਇੱਕ ਹਿੱਸਾ ਹੁੰਦੇ ਹਨ। ਤੁਹਾਡਾ ਕੋਈ ਸਾਥੀ ਨਹੀਂ ਹੈ ਅਤੇ ਕੋਈ ਹੋਰ ਮੁੱਦਾ ਨਹੀਂ ਚੱਕਦਾ ਕਿ ਕੰਮ ਤੁਹਾਡੇ ਲਈ ਮਹੱਤਵਪੂਰਨ ਹੋ ਸਕਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਬਿਮਾਰੀ ਦੀ ਸ਼ਨਾਖਤ ਤੋਂ ਬਾਅਦ ਸੈਕਸ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਇੱਕ ਕਾਮੁਕ ਰਿਸ਼ਤੇ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਵੀ ਮਹਿਸੂਸ ਹੋ ਸਕਦਾ ਹੈ ਕਿ ਹੋਰ ਲੋਕ ਸੋਚਦੇ ਹਨ ਕਿ ਇਹ ਚੀਜ਼ ਤੁਹਾਡੀ ਪਹਿਲ ਨਹੀਂ ਹੈ। ਕਾਮ ਭਾਰੀ ਕੰਮ ਵਾਂਗੂ ਮਹਿਸੂਸ ਹੁੰਦਾ ਹੈ। ਗੰਭੀਰ ਬਿਮਾਰੀ ਕਾਫ਼ੀ ਸ਼ਕਤੀ ਖਾ ਜਾਂਦੀ ਹੈ ਅਤੇ ਬਿਮਾਰੀ ਦਾ ਅਨੁਭਵ ਕਰਨ ਵਾਲੇ ਅਤੇ ਸੰਭਾਲ ਕਰਨ ਵਾਲੇ ਸਾਥੀ ਵਿੱਚ ਥਕਾਵਟ ਪੈਦਾ ਕਰ ਦਿੰਦੀ ਹੈ। ਜਦੋਂ ਤੁਸੀਂ ਆਪਣੀ ਗਤੀਵਿਧੀ ਵਧਾਓਗੇ, ਤੁਸੀਂ ਸਾਹ ਦਾ ਛੋਟਾ ਹੋਣਾ ਜਾਂ ਹੋਰ ਲੱਛਣ ਵੀ ਮਹਿਸੂਸ ਕਰ ਸਕਦੇ ਹੋ। ਜੇ ਤੁਸੀਂ ਉੱਪਰ ਦਿੱਤੀਆਂ ਜ਼ਿਆਦਾਤਰ ਚੁਣੌਤੀਆਂ ਅਨੁਭਵ ਕਰ ਰਹੇ ਹੋ ਤਾਂ ਤੁਸੀਂ ਬਹੁ ਗਿਣਤੀ ਗੰਭੀਰ ਬਿਮਾਰੀ ਨਾਲ ਜਿਉਣ ਵਾਲੇ ਲੋਕਾਂ ਵਿੱਚ ਸ਼ਾਮਿਲ ਹੋ। ਆਸਾਰ ਇਹ ਵੀ ਹੈ ਕਿ ਤੁਹਾਡੀ ਬਿਮਾਰੀ ਦੇ ਸਮੇਂ ਦੌਰਾਨ ਕਿ ਜ਼ਿਆਦਾਤਰ ਸੰਭਾਲ ਪ੍ਰਦਾਨ ਕਰਤਾਵਾਂ ਨੇ ਪੁੱਛਿਆ ਨਹੀਂ ਕਿ ਤੁਸੀਂ ਇਹਨਾਂ ਤਬਦੀਲੀਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜਾਂ ਗੱਲ ਨਹੀਂ ਕੀਤੀ ਕਿ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ। ਸਾਡੀ ਉਮੀਦ ਹੈ ਕਿ ਇਸ ਵੀਡੀਓ ਸਿਰਫ ਤੁਹਾਡੀ ਮਦਦ ਹੀ ਨਹੀਂ ਕਰੇਗਾ, ਸਗੋਂ ਸੰਭਾਲ ਵਿੱਚ ਇੱਕ ਬਦਲਾਵ ਨੂੰ ਵੀ ਆਰੰਭ ਕਰੇਗਾ ਜੋ ਗੰਭੀਰ ਕੈਂਸਰ ਜਾਂ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਮਿਲੇ। ਮੈਂ ਆਪਣੀ ਕਾਮੁਕ ਨੇੜਤਾ ਕਿਵੇਂ ਸੁਧਾਰ ਸਕਦੀ ਜਾਂ ਸਕਦਾ ਹਾਂ? ਇੱਕ ਦੂਜੇ ਨਾਲ ਗੱਲ ਕਰੋ। ਜੇ ਤੁਸੀਂ ਉਸ ਗੱਲ ਤੋਂ ਖੁੰਝ ਰਹੇ ਹੋ ਜੋ ਪਹਿਲੇ ਇੱਕ ਜੋੜੇ ਵਜੋਂ ਕਰਦੇ ਸੀ, ਆਸਾਰ ਹਨ ਕਿ ਤੁਹਾਡੇ ਸਾਥੀ ਦੀ ਵੀ ਇਹੀ ਸਥਿਤੀ ਹੈ। ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਹਾਲੇ ਵੀ ਉਹਨੂੰ ਪਿਆਰ ਕਰਦੇ ਹੋ ਅਤੇ ਉਹਨਾਂ ਨਾਲ ਪਿਆਰ ਦੇ ਸੰਬੰਧ ਵਿੱਚ ਹੋ, ਅਤੇ ਉਦਾਸੀ ਜਾਂ ਗੁੱਸੇ ਵਰਗੀਆਂ ਭਾਵਨਾਵਾਂ ਬਾਰੇ ਗੱਲ ਕਰੋ ਜੋ ਬਿਮਾਰੀ ਨੇ ਤੁਹਾਡੇ ਅੰਦਰ ਪੈਦਾ ਕੀਤੀਆਂ ਹਨ। ਬਹੁਤ ਲੋਕ ਜਿਨ੍ਹਾਂ ਨੂੰ ਕੈਂਸਰ ਹੋ ਜਾਂਦਾ ਹੈ ਦੋਸ਼ੀ ਮਹਿਸੂਸ ਕਰਦੇ ਹਨ ਕਿ ਆਪਣੇ ਰਿਸ਼ਤੇ ਜਾਂ ਪਰਿਵਾਰ ਦੀ ਇਸ ਸਥਿਤੀ ਵਾਸਤੇ ਉਹ ਜ਼ਿੰਮੇਵਾਰ ਹਨ। ਉਹਨਾਂ ਨੂੰ ਦੱਸੋ ਕਿ ਇਹ ਉਹਨਾਂ ਦਾ ਕਸੂਰ ਨਹੀਂ ਹੈ ਅਤੇ ਕਿ ਆਪਣੀ ਸਥਿਤੀ ਲਈ ਤੁਸੀਂ ਉਹਨਾਂ ਨੂੰ ਦੋਸ਼ੀ ਨਹੀਂ ਮੰਨਦੇ। ਆਪਣੇ ਸੰਭਾਲ ਪ੍ਰਦਾਨ ਕਰਤਾ ਨਾਲ ਗੱਲ ਕਰੋ। There are a lot of things that can be done. ਬਹੁਤ ਚੀਜ਼ਾਂ ਹਨ ਜਿਹੜੀਆਂ ਕਿਸੇ ਵਿਅਕਤੀ ਜਾਂ ਕਿਸੇ ਜੋੜੇ ਨੂੰ ਨੇੜਤਾ ਬਣਾਏ ਰੱਖਣ ਜਾਂ ਸੁਧਾਰਨ ਵਿੱਚ ਮਦਦ ਦੇਣ ਲਈ ਕੀਤੀਆਂ ਜਾ ਸਕਦੀਆਂ ਹਨ। ਜੇ ਤੁਹਾਡੇ ਸੰਭਾਲ ਪ੍ਰਦਾਨਕਰਤਾ ਨੂੰ ਪਤਾ ਨਹੀਂ ਹੈ, ਉਹ ਤੁਹਾਨੂੰ ਸੋਤਰਾਂ ਜਾਂ ਹੋਰ ਸਹਾਰਿਆਂ ਨਾਲ ਜੋੜਨ ਵਿੱਚ ਮਦਦਗਾਰ ਹੋ ਸਕਦੇ ਹਨ। ਕਾਮੁਕ ਲੋੜਾਂ ਅਤੇ ਨੇੜਤਾ ਬਣਾਏ ਰੱਖਣ ਵਿੱਚ ਵਿਸ਼ੇਸ਼ ਰਣਨੀਤੀਆਂ ਬਾਰੇ ਵਧੇਰੀ ਜਾਣਕਾਰੀ ਲਈ ਸਕਰੀਨ ਉੱਤੇ ਡਾਕਟਰ ਐਨ ਕੈਟਸ ਦੁਆਰਾ ਦਿੱਤੀ ਜਾਣਕਾਰੀ ਨੂੰ ਵੇਖੋ। ਸੋਤਰਾਂ ਨੂੰ ਅਸੀਂ ਵੀਡੀਓ ਦੇ ਅਖੀਰ ਵਿੱਚ ਵੀ ਦਿਖਾਵਾਂਗੇ। ਨੀਚਤਾ ਕਾਇਮ ਕਰੋ। ਸੰਭਾਲ ਪ੍ਰਦਾਨ ਕਰਨ ਦੇ ਸਮੇਂ ਦੌਰਾਨ ਖੁਦ ਨਾਲ ਜਾਂ ਆਪਣੇ ਸਾਥੀ ਨਾਲ ਆਨੰਦ ਮਾਣਨ ਲਈ ਸਮਾਂ ਨਿਰਧਾਰਿਤ ਕਰਨਾ ਸਹੀ ਹੁੰਦਾ ਹੈ। ਤੁਸੀਂ ਆਪਣੇ ਹਸਪਤਾਲ ਜਾਂ ਘਰ ਸੰਭਾਲ ਪ੍ਰਦਾਨ ਕਰਨ ਵਾਲਿਆਂ ਨਾਲ ਨਿਸ਼ਚੈ ਪੂਰਵਕ ਗੱਲ ਕਰ ਸਕਦੇ ਹੋ ਕਿ ਇੱਕ ਇਹ ਚੀਜ਼ ਹੈ ਜੋ ਤੁਹਾਡੇ ਲਈ ਮਹੱਤਵਪੂਰਨ ਹੈ ਅਤੇ ਇਸ ਵਾਸਤੇ ਸਮਾਂ ਨਿਰਧਾਰਿਤ ਕਰਨ ਲਈ ਉਹਨਾਂ ਦੀ ਮਦਦ ਲਵੋ। ਇਹ ਸੰਭਾਲ ਪ੍ਰਦਾਨ ਕਰਨ ਵਾਲਿਆਂ ਨੂੰ ਇਤਲਾਹ ਦੇਣ ਲਈ ਕਿ ਇੱਕ ਦਖਲ ਅੰਦਾਜ਼ੀ ਨਾ ਕਰੋ ਦਾ ਸਾਈਨ ਦਰਵਾਜ਼ੇ 'ਤੇ ਲਗਾ ਸਕਦੇ ਹੋ। ਇਹ ਸਾਈਨ ਕਿਹੋ ਜਿਹਾ ਦਿਸੇਗਾ ਇਸ ਬਾਰੇ ਸਿਰਜਣਾਤਮਕ ਹੋ ਸਕਦੇ ਹੋ, ਜਿਵੇਂ ਕੋਈ ਤਸਵੀਰ ਲਾਉਣਾ ਜਾਂ ਕੋਈ ਸ਼ਬਦ, ਅਤੇ ਫਿਰ ਸੰਭਾਲ ਪ੍ਰਦਾਨ ਕਰਨ ਵਾਲਿਆਂ ਨੂੰ ਦੱਸ ਸਕਦੇ ਹੋ ਕਿ ਜਦੋਂ ਇਹ ਸਾਈਨ ਲੱਗਿਆ ਹੋਵੇ, ਇਹ ਨਿੱਜੀ ਜਾਂ ਜੋੜੇ ਦੇ ਆਨੰਦ ਦਾ ਸਮਾਂ ਹੈ। ਇਹ ਮਹਿਸੂਸ ਹੋ ਸਕਦਾ ਹੈ ਕਿ ਇਹ ਘੱਟ ਸੁਭਾਵਿਕ ਹੈ ਅਤੇ ਇਸ ਸਮੇਂ ਦੌਰਾਨ ਤੁਸੀਂ ਕਾਮੁਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਾ ਨਹੀਂ ਵੀ ਮਹਿਸੂਸ ਕਰ ਸਕਦੇ। ਇਹ ਸਾਰਾ ਕੁਝ ਸਹੀ ਹੈ। ਇਹ ਇਸ ਵਿਸ਼ਵਾਸ ਨੂੰ ਦ੍ਰਿੜ ਕਰਨ ਲਈ ਹੈ ਕਿ ਇਹ ਤੁਹਾਡੇ ਵਾਸਤੇ ਮਹੱਤਵਪੂਰਨ ਹੈ ਅਤੇ ਸਮੇਂ ਨੂੰ ਖੁਦ ਵਾਸਤੇ ਜਾਂ ਆਪਣੇ ਸਾਥੀ ਨਾਲ ਨੇੜਤਾ ਪੈਦਾ ਕਰਨ ਲਈ ਵਰਤ ਰਹੇ ਹੋ। ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗੇ। ਫੰਕਸ਼ਨ ਨੂੰ ਸੁਧਾਰਨ ਦੇ ਵਿਕਲਪ ਖੋਜੋ।
ਸਰੀਰ ਦੇ ਹੋਰ ਹਿੱਸਿਆਂ ਵਾਂਗੂ ਸਾਡੇ ਕੰਮ ਅੰਗ ਉਸ ਵੇਲੇ ਬਿਹਤਰ ਕੰਮ ਕਰਦੇ ਹਨ ਜਦੋਂ ਉਹਨਾਂ ਨੂੰ ਨਿਯਮਿਤ ਰੂਪ ਵਿੱਚ ਵਰਤਿਆ ਜਾਂਦਾ ਹੈ ਜਾਂ ਕਸਰਤ ਕੀਤੀ ਜਾਂਦੀ ਹੈ। ਸਾਡੀਆਂ ਯੋਨੀਆਂ ਅਤੇ ਲਿੰਗ ਉਸ ਵੇਲੇ ਬਿਹਤਰ ਕੰਮ ਕਰਦੇ ਹਨ ਜਦੋਂ ਨਿਯਮਿਤ ਉਕਸਾਉਣਾ ਹੁੰਦਾ ਹੈ ਅਤੇ ਇਹਨਾਂ ਖੇਤਰਾਂ ਵਿੱਚ ਖੂਨ ਦਾ ਵਹਾਅ ਵੱਧ ਹੁੰਦਾ ਹੈ। ਤੁਸੀਂ ਇਸ ਨੂੰ ਉਕਸਾਉਣਾ ਆਖੋ ਜਾਂ ਹਸਤਮੈਥੂਨ। ਆਪਣੇ ਕਾਮੁਕ ਫੰਕਸ਼ਨ ਨੂੰ ਸੁਧਾਰਨ ਦਾ ਬਿਹਤਰ ਤਰੀਕਿਆਂ ਵਿੱਚੋਂ ਇੱਕ ਹੈ ਅਤੇ ਇਸ ਵਾਸਤੇ ਸਾਥੀ ਦੀ ਵੀ ਲੋੜ ਨਹੀਂ ਹੁੰਦੀ। ਕੀਗਲ ਪੱਠਿਆਂ ਦਾ ਘੁਟਣਾ ਕਰਨ ਨਾਲ ਕਾਮ ਗਤੀਵਿਧੀਆਂ ਵਿੱਚ ਵਰਤੇ ਜਾਣ ਵਾਲੇ ਪੱਠਿਆਂ ਦੀ ਕਸਰਤ ਕਰਕੇ ਸਵੈ ਕੰਟਰੋਲ ਅਤੇ ਕਾਮ ਫੰਕਸ਼ਨ ਵਿੱਚ ਮਦਦ ਮਿਲਦੀ ਹੈ। ਮਰਦਾਂ ਵਾਸਤੇ ਲਿੰਗ ਖੜਾ ਕਰਨ ਵਿੱਚ ਸੁਧਾਰ ਲਿਆਉਣ ਲਈ ਕਈ ਵਿਕਲਪ ਹਨ ਜਿਸ ਵਿੱਚ ਟੀਕੇ, ਦਵਾਈਆਂ ਅਤੇ ਅੰਗ ਵਰਧਕ ਲਾਉਣਾ ਸ਼ਾਮਿਲ ਹਨ। ਅਸੀਂ ਇਹਨਾਂ ਜਾਂ ਹੋਰ ਵਿਕਲਪਾਂ ਬਾਰੇ ਆਪਣੇ ਡਾਕਟਰ ਜਾਂ ਨਰਸ ਨਾਲ ਗੱਲ ਕਰਨ ਦੀ ਸਲਾਹ ਦਿੰਦੇ ਹਾਂ। ਜ਼ਰੂਰੀ ਨਹੀਂ ਕਿ ਕਾਮੁਕ ਗਤੀਵਿਧੀਆਂ ਇੱਛਾ ਨਾਲ ਆਰੰਭ ਹੋਣ। ਔਰਤਾਂ ਨੂੰ ਸ਼ਾਇਦ ਬਹੁਤ ਘੱਟ ਜਾਂ ਉੱਕਾ ਹੀ ਇੱਛਾ ਨਹੀਂ ਰਹਿੰਦੀ। ਆਪਣੇ ਸਰੀਰ ਬਾਰੇ ਸੁਖਦ ਮਹਿਸੂਸ ਕਰਨਾ, ਚੰਗੇ ਕਾਮੁਕ ਅਨੁਭਵ ਹਾਸਲ ਕਰਨੇ ਅਤੇ ਭਵਿੱਖ ਵਿੱਚ ਹੋਣ ਵਾਲੇ ਚੰਗੇ ਕਾਮ ਅਨੁਭਵਾਂ ਬਾਰੇ ਖੁੱਲ੍ਹੇ ਹੋਣ ਦੀ ਚਾਹਤ ਸ਼ਾਇਦ ਸ਼ੁਰੂਆਤੀ ਕਦਮ ਹੈ। ਚੰਗੀ ਕਾਮੁਕ ਨੇੜਤਾ ਜ਼ਰੂਰੀ ਨਹੀਂ ਹੈ ਕਿ ਚਾਹਤ ਨਾਲ ਆਰੰਭ ਹੋਵੇ। ਹੋ ਸਕਦਾ ਹੈ ਕਿ ਤੁਸੀਂ ਇਸ ਦੀ ਸ਼ੁਰੂਆਤ ਕਾਮੁਕ ਨੇੜਤਾ ਲਈ ਆਪਣੇ ਢੰਗ ਨਾਲ ਖੁੱਲ੍ਹਾਪਣ ਵਿਖਾ ਕੇ ਕਰ ਸਕਦੇ ਹੋ। ਤੁਸੀਂ ਕਿਸੇ ਵਿਸ਼ੇਸ਼ ਕਿਸਮ ਦਾ ਮੇਕਅਪ ਕਰ ਸਕਦੇ ਹੋ ਜਾਂ ਖਾਸ ਕਿਸਮ ਦੇ ਅੰਦਰੂਨੀ ਕੱਪੜੇ ਪਹਿਨ ਸਕਦੇ ਹੋ ਜੋ ਤੁਹਾਨੂੰ ਮਹਿਸੂਸ ਕਰਾਉਣ ਕਿ ਤੁਸੀਂ ਕੁਝ ਵਾਪਰ ਜਾਣ ਲਈ ਤਿਆਰ ਹੋ। ਯੋਨੀ ਉੱਤੇ ਤਰਲ ਅਤੇ ਚਿਕਨਾਈ ਲਾਉਣ ਅਤੇ ਹਸਤਮੈਥੂਨ ਕਰਨਾ, ਅੰਦਰ ਲਿਜਾਣ ਵਾਲਾ ਸੈਕਸ ਕਰਨਾ ਜਾਂ ਡਾਇਲੇਟਰ ਜਾਂ ਵਾਈਬ੍ਰੇਟਰ ਨਿਯਮਿਤ ਰੂਪ ਵਿੱਚ ਵਰਤਣਾ ਅਜਿਹੇ ਤਰੀਕੇ ਹਨ ਜੋ ਤੁਸੀਂ ਯੋਨੀ ਦੇ ਟਿਸ਼ੂਆਂ ਨੂੰ ਸਿਹਤਮੰਦ ਰੱਖਣ ਅਤੇ ਕਾਮ ਗਤੀਵਿਧੀਆਂ ਦਾ ਆਨੰਦ ਮਾਣਨਾ ਜਾਰੀ ਰੱਖਣ ਲਈ ਕਰ ਸਕਦੇ ਹੋ। ਜੇ ਦਰਦ ਜਾਂ ਸਾਹ ਦੇ ਛੋਟਾ ਹੋਣ ਦਾ ਮਸਲਾ ਹੋਵੇ, ਆਪਣੇ ਸਿਹਤ ਸੰਭਾਲ ਪ੍ਰਦਾਨ ਕਰਤਾ ਨਾਲ ਦਵਾਈਆਂ ਬਾਰੇ ਗੱਲ ਕਰੋ ਜੋ ਮਦਦ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਕਿਵੇਂ ਵਰਤਣਾ ਹੈ। ਜੇ ਤੁਹਾਨੂੰ ਆਸਟਮੀ ਅੰਗ ਵਿੱਚ ਕੀਤਾ ਗਿਆ ਨਿਕਾਸ ਦੀ ਸਮੱਸਿਆ ਹੈ ਅਤੇ ਲੀਕ ਹੋਣ ਜਾਂ ਮੁਸ਼ਕ ਆਉਣ ਬਾਰੇ ਚਿੰਤਾ ਹੈ, ਤੁਸੀਂ ਨੇੜਤਾ ਪੈਦਾ ਕਰਨ ਤੋਂ ਪਹਿਲੇ ਆਸਟਮੀ ਨੂੰ ਖਾਲੀ ਕਰਨ, ਮੋਮਬੱਤੀਆਂ, ਸੁਗੰਧ ਥੈਰੇਪੀ ਵਰਤਣ ਅਤੇ ਬੈਗ ਉੱਤੇ ਕੁਝ ਪਹਿਨਣਾ ਜੋ ਤੁਹਾਨੂੰ ਸੁਖਦ ਅਹਿਸਾਸ ਦੇਵੇ ਬਾਰੇ ਸੋਚ ਸਕਦੇ ਹੋ। ਕਈ ਵੈਬਸਾਈਟਸ ਹਨ ਜੋ ਆਸਟਮੀ ਵਾਲਿਆਂ ਲਈ ਵਿਸ਼ੇਸ਼ ਅੰਦਰੂਨੀ ਵਸਤਰ ਵੇਚਦੀਆਂ ਹਨ। ਆਪਣੇ ਸੋਤਰਾਂ ਨੂੰ ਵਰਤੋ। ਕਈ ਪ੍ਰੋਫੈਸ਼ਨਲ ਹਨ ਜੋ ਸਾਡੇ ਸਰੀਰ ਦੇ ਕੰਮ ਕਰਨ ਦੇ ਵੱਖੋ ਵੱਖਰੇ ਪਹਿਲੂਆਂ ਬਾਰੇ ਮਹਾਰਤਾ ਰੱਖਦੇ ਹਨ। ਤੁਹਾਡੇ ਸਿਹਤ ਸੰਭਾਲ ਪ੍ਰਦਾਨ ਕਰਤਾ ਤੁਹਾਨੂੰ ਯੂਰੋਲੋਜਿਸਟ, ਗਾਇਨੋਕੋਲੋਜਿਸਟ ਜਾਂ ਸੈਕਸ ਥੈਰੇਪਿਸਟ ਕੋਲ ਹਵਾਲਾ ਦੇ ਸਕਦੇ ਹਨ ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਉੱਤੇ ਦਿੱਤੀ ਨਾਲੋਂ ਵਧੇਰੀ ਜਾਣਕਾਰੀ ਦੀ ਲੋੜ ਹੈ। ਪੈਲਵਿਕ ਫਲੋਰ ਫਿਜ਼ੀਓਥੈਰੇਪਿਸਟ ਹੁੰਦੇ ਹਨ ਜੋ ਵਿਸ਼ੇਸ਼ ਕਰਕੇ ਪਰਹੇਜ਼ ਅਤੇ ਯੋਨੀ ਦੇ ਅਣਸੁਖਾਵੇਪਨ ਦੇ ਮੁੱਦਿਆਂ ਲਈ ਮਦਦ ਪ੍ਰਦਾਨ ਕਰ ਸਕਦੇ ਹਨ। ਆਕਿਊਪੇਸ਼ਨਲ ਥੈਰੇਪਿਸਟ ਕੋਲ ਸਿਖਲਾਈ ਹੁੰਦੀ ਹੈ ਜੋ ਸਥਿਤੀ ਗ੍ਰਹਿਣ ਕਰਨ ਵਿੱਚ ਮਦਦ ਕਰਦੀ ਹੈ ਜੇ ਤੁਹਾਨੂੰ ਆਪਣੇ ਸਾਥੀ ਨਾਲ ਕਾਮ ਗਤੀਵਿਧੀ ਵਿੱਚ ਖੁਦ ਸਰੀਰਕ ਰੂਪ ਵਿੱਚ ਸੰਬੰਧ ਬਣਾਉਣ ਵਿੱਚ ਮੁਸ਼ਕਿਲ ਆਉਂਦੀ ਹੋਵੇ। ਇਹ ਸਾਰੇ ਸੋਤਰ ਉਹਿਪ ਦੁਆਰਾ ਕਵਰ ਨਹੀਂ ਹੁੰਦੇ ਅਤੇ ਇਹਨਾਂ ਵਿੱਚ ਕੁਝ ਸੇਵਾਵਾਂ ਲਈ ਤੁਹਾਨੂੰ ਪੈਸੇ ਦੇਣੇ ਪੈ ਸਕਦੇ ਹਨ। ਖੋਜੋ ਕਿ ਤੁਹਾਡੇ ਲਈ ਕੀ ਕੰਮ ਕਰਦਾ ਹੈ। ਕੋਈ ਇੱਕ ਗੱਲ ਸਾਰਿਆਂ ਲਈ ਕੰਮ ਨਹੀਂ ਕਰਦੀ। ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿ ਸੰਭੋਗ ਉਹ ਚੀਜ਼ ਹੈ ਜੋ ਤੁਹਾਡੇ ਇੱਕ ਵਿਅਕਤੀ ਵਜੋਂ ਜਾਂ ਇੱਕ ਜੋੜੇ ਵਜੋਂ ਕੀਤੀ ਜਾ ਸਕਦੀ ਹੈ ਜਾਂ ਤੁਹਾਡੇ ਲਈ ਮਹੱਤਵਪੂਰਨ ਹੈ ਜਾਂ ਨਹੀਂ। ਇਹ ਵੀ ਠੀਕ ਹੈ, ਨੇੜਤਾ ਪੈਦਾ ਕਰਨ ਦੇ ਕਈ ਹੋਰ ਤਰੀਕੇ ਹਨ। ਤੁਹਾਡੇ ਅਤੇ ਤੁਹਾਡੇ ਸਾਥੀ ਨੂੰ ਕਿਹੜੀ ਚੀਜ਼ ਨੇੜਤਾ ਮਹਿਸੂਸ ਕਰਾਉਂਦੀ ਹੈ, ਕਿ ਇਹ ਤੁਹਾਡੇ ਜੀਵਨ ਦੀਆਂ ਤਸਵੀਰਾਂ ਵੇਖਣਾ ਹੈ ਅਤੇ ਕੁਝ ਬਿਹਤਰ ਬਣਾਏ ਸਮਿਆਂ ਨੂੰ ਚੇਤੇ ਕਰਨਾ ਹੈ। ਜਦੋਂ ਸਮਾਂ ਮਿਲੇ, ਇੱਕ ਦੂਜੇ ਨੂੰ ਛੂਹਣ ਅਤੇ ਸਿਫਤ ਕਰਨ ਦਾ ਇਰਾਦਾ ਰੱਖਣਾ ਕਿ ਤੁਹਾਨੂੰ ਆਹ ਸਮਾਂ ਅਤੇ ਅਵਸਰ ਮਿਲਿਆ ਹੈ। ਜੇ ਦਰਦ ਅਤੇ ਅਸੁਖਾਵੇਪਣ ਦਾ ਮਸਲਾ ਨਹੀਂ ਹੈ, ਕਿ ਤੁਸੀਂ ਆਪਣੇ ਸਾਥੀ ਨਾਲ ਬਿਸਤਰ ਵਿੱਚ ਪੈ ਸਕਦੇ ਹੋ ਅਤੇ ਇੱਕ ਦੂਜੇ ਨੂੰ ਘੁੱਟ ਸਕਦੇ ਹੋ। ਹੋ ਸਕਦਾ ਹੈ ਤੁਹਾਡੇ ਕੋਲ ਸੰਭਾਲ ਪ੍ਰਦਾਨ ਕਰਨ ਵਾਲੇ ਕੱਪੜੇ ਹੋਣ ਜੋ ਤੁਸੀਂ ਨਿੱਜੀ ਸੰਭਾਲ ਪ੍ਰਦਾਨ ਕਰਨ ਵੇਲੇ ਵੀ ਪਾਉਂਦੇ ਹੋ। ਜੇ ਤੁਸੀਂ ਸੰਭਾਲ ਪ੍ਰਦਾਨ ਨਹੀਂ ਕਰ ਰਹੇ ਤਾਂ ਤੁਸੀਂ ਕੁਝ ਹੋਰ ਪਾ ਸਕਦੇ ਹੋ ਜੋ ਦੋਵਾਂ ਰੋਲਾਂ ਨੂੰ ਵੱਖਰਾ ਕਰੇ ਅਤੇ ਨੇੜਤਾ ਬਣਾਉਣ ਵਿੱਚ ਮਦਦਗਾਰ ਹੋਵੇ। ਕੀ ਬੈਡਸੋਰ ਨੂੰ ਹੋਣ ਤੋਂ ਰੋਕਣ ਵਿੱਚ ਮਾਣ ਮਹਿਸੂਸ ਕਰਨਾ ਅਤੇ ਆਪਣੇ ਸਾਥੀ ਨੂੰ ਨਹਾਉਣ ਵੇਲੇ ਸਪੰਜ ਕਰਨ ਵੇਲੇ ਛੂਹ ਦਾ ਆਨੰਦ ਲੈਣ ਵਿੱਚ ਮਾਣ ਮਹਿਸੂਸ ਕਰਦੇ ਹੋ? ਕੋਈ ਗਲਤ ਜਾਂ ਸਹੀ ਚੀਜ਼ ਨਹੀਂ ਹੈ, ਇਹ ਸੱਚਮੁੱਚ ਤੁਹਾਡੇ ਖੁਦ ਖੋਜਣ ਵਾਲੀ ਚੀਜ਼ ਹੈ ਜੋ ਤੁਹਾਡੇ ਲਈ ਕਾਰਾਗਾਰ ਹੋਵੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਮਦਦਗਾਰ ਪਾਇਆ। ਇਹ ਸਾਡੀ ਉਮੀਦ ਹੈ ਕਿ ਇਹਨਾਂ ਮਸਲਿਆਂ ਨਾਲ ਜੂਝਣ ਵਾਲੇ ਤੁਸੀਂ ਇਕੱਲੇ ਨਹੀਂ ਹੋ ਅਤੇ ਕਈ ਚੀਜ਼ਾਂ ਹਨ ਜੋ ਤੁਸੀਂ ਆਪਣੇ ਸਾਥੀ ਅਤੇ ਆਪਣੇ ਪਿਆਰਿਆਂ ਨਾਲ ਸੰਬੰਧ ਬਣਾਏ ਰੱਖਣ ਅਤੇ ਨੇੜਤਾ ਕਾਇਮ ਰੱਖਣ ਲਈ ਕਰ ਸਕਦੇ ਹੋ।